ਖਾਣਾ ਖਾਣ ਤੋਂ ਬਾਅਦ 126 ਜਵਾਨਾਂ ਦੀ ਅਚਾਨਕ ਹੀ ਤਬੀਅਤ ਵਿਗੜੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕਈ ਜਵਾਨਾਂ ਨੂੰ ਪੇਟ ਦੇ ਵਿੱਚ ਦਰਦ ਅਤੇ ਉਲਟੀ ਜਿਹੋ ਜਿਹੀਆਂ ਸਮੱਸਿਆਵਾਂ ਹੋ ਰਹੀਆਂ ਨੇ। ਦੱਸਿਆ ਜਾ ਰਿਹਾ ਕਿ ਫੂਡ ਪੋਇਜ਼ਨਿੰਗ ਦੇ ਕਾਰਨ ਇਹ ਹਾਦਸਾ ਵਾਪਰਿਆ, ਜਿਸ ਦੇ ਕਾਰਨ 126 ਜਵਾਨਾਂ ਦੀ ਤਬੀਅਤ ਖਰਾਬ ਹੋ ਗਈ ਹੈ। ਤਾਂ ਬਿਹਾਰ ਦੇ ਸੁਪੌਲ ਦੇ ਵਿੱਚ 126 ਤੋਂ ਜ਼ਿਆਦਾ ਪੁਲਿਸ ਜਵਾਨਾਂ ਦੀ ਸਿਹਤ ਵਿਗੜੀ ਹੈ। ਟ੍ਰੇਨਿੰਗ ਸੈਂਟਰ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਟ੍ਰੇਨਿੰਗ ਜਵਾਨਾਂ ਦੀ ਇਹ ਤਬੀਅਤ ਅਚਾਨਕ ਹੀ ਖਰਾਬ ਹੋ ਜਾਂਦੀ ਹੈ ਅਤੇ ਕਈ ਜਵਾਨਾਂ ਨੂੰ ਪੇਟ ਦੇ ਵਿੱਚ ਦਰਦ, ਉਲਟੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ, ਅਤੇ ਜਿਨ੍ਹਾਂ ਨੂੰ ਇਲਾਜ ਦੇ ਲਈ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। BMP ਟ੍ਰੇਨਿੰਗ ਸੈਂਟਰ ਦੇ ਵਿੱਚ ਸੀਨੀਅਰ ਕਾਂਸਟੇਬਲਾਂ ਦੀ ਟ੍ਰੇਨਿੰਗ ਚੱਲ ਰਹੀ ਸੀ। ਐਤਵਾਰ ਨੂੰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਅਚਾਨਕ ਹੀ ਦੱਸਿਆ ਜਾ ਰਿਹਾ ਕਿ ਕਈ ਜਵਾਨਾਂ ਦੀ ਤਬੀਅਤ ਵਿਗੜ ਜਾਂਦੀ ਹੈ ਅਤੇ ਕੁਝ ਜਵਾਨਾਂ ਮੁਤਾਬਿਕ ਖਾਣਾ ਬਣਾਉਣ ਵਾਲੀ ਥਾਂ ਨੇੜੇ ਸਲਫਾਸ ਦੀਆਂ ਪੂੜੀਆਂ ਪਈਆਂ ਹੋਈਆਂ ਸਨ, ਜਿਸ ਦੇ ਚੱਲਦੇ ਖਾਣਾ ਬਣਾਉਣ 'ਚ ਵੱਡੀ ਲਾਪਰਵਾਹੀ ਦਾ ਇਲਜ਼ਾਮ ਜੋ ਹੈ ਉਹ ਲਗਾਇਆ ਗਿਆ। ਤਾਂ ਬਿਹਾਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ 126 ਜਵਾਨਾਂ ਦੀ ਤਬੀਅਤ ਵਿਗੜੀ ਹੈ। ਦੱਸਿਆ ਜਾ ਰਿਹਾ ਕਿ ਉਹਨਾਂ ਨੇ ਜਦੋਂ ਦੁਪਹਿਰ ਦਾ ਖਾਣਾ ਖਾਧਾ ਉਸ ਤੋਂ ਬਾਅਦ ਅਚਾਨਕ ਹੀ ਪੇਟ ਦੇ ਵਿੱਚ ਪਹਿਲਾਂ ਤਾਂ ਦਰਦ ਉੱਠਿਆ ਅਤੇ ਫਿਰ ਕਈ ਜਵਾਨਾਂ ਨੂੰ ਉਲਟੀਆਂ ਅਤੇ ਕਈਆਂ ਨੂੰ ਲੂਜ਼ ਮੋਸ਼ਨ ਦੀ ਸ਼ਿਕਾਇਤ ਹੋਈ, ਜਿਸ ਤੋਂ ਬਾਅਦ ਇਹਨਾਂ ਨੂੰ ਸਾਰਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਹਸਪਤਾਲ ਦੇ ਵਿੱਚ ਪਹੁੰਚਣ ਤੋਂ ਬਾਅਦ ਪਤਾ ਲੱਗਿਆ ਕਿ ਉੱਥੇ ਸਿਰਫ ਇੱਕ ਹੀ ਡਾਕਟਰ ਹੈ, ਤਾਂ ਅਜਿਹੇ ਦੇ ਵਿੱਚ ਜਵਾਨਾਂ ਦੇ ਵੱਲੋਂ ਉੱਥੇ ਹੰਗਾਮਾ ਵੀ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਡਾਕਟਰ 125 ਬੰਦਿਆਂ ਨੂੰ ਦੇਖੇਗਾ ਤਾਂ ਸ਼ਾਇਦ ਅਗਲੇ ਦਿਨ ਹੀ ਜਾ ਕੇ ਬਾਕੀਆਂ ਦਾ ਨੰਬਰ ਆਵੇਗਾ। ਇਸ ਤੋਂ ਬਾਅਦ ਹੰਗਾਮਾ ਕੀਤਾ ਜਾਂਦਾ ਜ਼ੋਰਦਾਰ। ਮੌਕੇ ਦੇ ਉੱਤੇ ਜੋ ਇਹਨਾਂ ਦੇ ਸੀਨੀਅਰ ਅਧਿਕਾਰੀ ਨੇ ਉਹ ਵੀ ਪਹੁੰਚਦੇ ਨੇ, ਕਿਸੇ ਤਰੀਕੇ ਦੇ ਨਾਲ ਮਾਮਲੇ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ ਅਤੇ ਫਿਲਹਾਲ ਜੋ ਹੈ ਹੁਣ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹਨਾਂ ਦੀ ਤਬੀਅਤ ਵਿਗੜੀ ਕਿਉਂ, ਕਿ ਖਾਣੇ ਦੇ ਵਿੱਚ ਕੁਝ ਸੀ ਜਾਂ ਫਿਰ ਫੂਡ ਪੋਇਜ਼ਨਿੰਗ ਇਸਦੀ ਅਸਲ ਵਜ੍ਹਾ ਹੈ। ਤਾਂ ਦੱਸ ਦਈਏ ਕਿ ਤੁਹਾਨੂੰ ਹੁਣ ਇਸ ਦੀ ਜਾਂਚ ਜੋ ਹੈ ਕੀਤੀ ਜਾ ਰਹੀ ਹੈ। ਬਿਹਾਰ ਦੇ ਸੁਪੌਲ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਟ੍ਰੇਨਿੰਗ ਕਰ ਰਹੇ 126 ਜਵਾਨਾਂ ਦੀ ਅਚਾਨਕ ਹੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਤਬੀਅਤ ਖਰਾਬ ਹੋ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ 126 ਜਵਾਨਾਂ ਦੀ ਅਚਾਨਕ ਹੀ ਤਬੀਅਤ ਵਿਗੜੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਕਈ ਜਵਾਨਾਂ ਨੂੰ ਪੇਟ ਦੇ ਵਿੱਚ ਦਰਦ ਅਤੇ ਉਲਟੀ ਜਿਹੋ ਜਿਹੀਆਂ ਸਮੱਸਿਆਵਾਂ ਹੋ ਰਹੀਆਂ ਨੇ। ਦੱਸਿਆ ਜਾ ਰਿਹਾ ਕਿ ਫੂਡ ਪੋਇਜ਼ਨਿੰਗ ਦੇ ਕਾਰਨ ਇਹ ਹਾਦਸਾ ਵਾਪਰਿਆ, ਜਿਸ ਦੇ ਕਾਰਨ 126 ਜਵਾਨਾਂ ਦੀ ਤਬੀਅਤ ਖਰਾਬ ਹੋ ਗਈ ਹੈ। ਤਾਂ ਬਿਹਾਰ ਦੇ ਸੁਪੌਲ ਦੇ ਵਿੱਚ 126 ਤੋਂ ਜ਼ਿਆਦਾ ਪੁਲਿਸ ਜਵਾਨਾਂ ਦੀ ਸਿਹਤ ਵਿਗੜੀ ਹੈ। ਟ੍ਰੇਨਿੰਗ ਸੈਂਟਰ ਦੇ ਵਿੱਚ ਖਾਣਾ ਖਾਣ ਤੋਂ ਬਾਅਦ ਟ੍ਰੇਨਿੰਗ ਜਵਾਨਾਂ ਦੀ ਇਹ ਤਬੀਅਤ ਅਚਾਨਕ ਹੀ ਖਰਾਬ ਹੋ ਜਾਂਦੀ ਹੈ ਅਤੇ ਕਈ ਜਵਾਨਾਂ ਨੂੰ ਪੇਟ ਦੇ ਵਿੱਚ ਦਰਦ, ਉਲਟੀ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਨੇ, ਅਤੇ ਜਿਨ੍ਹਾਂ ਨੂੰ ਇਲਾਜ ਦੇ ਲਈ ਹੁਣ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। BMP ਟ੍ਰੇਨਿੰਗ ਸੈਂਟਰ ਦੇ ਵਿੱਚ ਸੀਨੀਅਰ ਕਾਂਸਟੇਬਲਾਂ ਦੀ ਟ੍ਰੇਨਿੰਗ ਚੱਲ ਰਹੀ ਸੀ। ਐਤਵਾਰ ਨੂੰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਅਚਾਨਕ ਹੀ ਦੱਸਿਆ ਜਾ ਰਿਹਾ ਕਿ ਕਈ ਜਵਾਨਾਂ ਦੀ ਤਬੀਅਤ ਵਿਗੜ ਜਾਂਦੀ ਹੈ ਅਤੇ ਕੁਝ ਜਵਾਨਾਂ ਮੁਤਾਬਿਕ ਖਾਣਾ ਬਣਾਉਣ ਵਾਲੀ ਥਾਂ ਨੇੜੇ ਸਲਫਾਸ ਦੀਆਂ ਪੂੜੀਆਂ ਪਈਆਂ ਹੋਈਆਂ ਸਨ, ਜਿਸ ਦੇ ਚੱਲਦੇ ਖਾਣਾ ਬਣਾਉਣ 'ਚ ਵੱਡੀ ਲਾਪਰਵਾਹੀ ਦਾ ਇਲਜ਼ਾਮ ਜੋ ਹੈ ਉਹ ਲਗਾਇਆ ਗਿਆ। ਤਾਂ ਬਿਹਾਰ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਕਿ 126 ਜਵਾਨਾਂ ਦੀ ਤਬੀਅਤ ਵਿਗੜੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਜਦੋਂ ਦੁਪਹਿਰ ਦਾ ਖਾਣਾ ਖਾਧਾ ਉਸ ਤੋਂ ਬਾਅਦ ਅਚਾਨਕ ਹੀ ਪੇਟ ਦੇ ਵਿੱਚ ਪਹਿਲਾਂ ਤਾਂ ਦਰਦ ਉੱਠਿਆ ਅਤੇ ਫਿਰ ਕਈ ਜਵਾਨਾਂ ਨੂੰ ਉਲਟੀਆਂ ਅਤੇ ਕਈਆਂ ਨੂੰ ਲੂਜ਼ ਮੋਸ਼ਨ ਦੀ ਸ਼ਿਕਾਇਤ ਹੋਈ, ਜਿਸ ਤੋਂ ਬਾਅਦ
ਇਹਨਾਂ ਨੂੰ ਸਾਰਿਆਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਹਸਪਤਾਲ ਦੇ ਵਿੱਚ ਪਹੁੰਚਣ ਤੋਂ ਬਾਅਦ ਪਤਾ ਲੱਗਿਆ ਕਿ ਉੱਥੇ ਸਿਰਫ ਇੱਕ ਹੀ ਡਾਕਟਰ ਹੈ। ਤਾਂ ਅਜਿਹੇ ਦੇ ਵਿੱਚ ਜਵਾਨਾਂ ਦੇ ਵੱਲੋਂ ਉੱਥੇ ਹੰਗਾਮਾ ਵੀ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਇੱਕ ਡਾਕਟਰ 125 ਬੰਦਿਆਂ ਨੂੰ ਦੇਖੇਗਾ ਤਾਂ ਸ਼ਾਇਦ ਅਗਲੇ ਦਿਨ ਹੀ ਜਾ ਕੇ ਬਾਕੀਆਂ ਦਾ ਨੰਬਰ ਆਵੇਗਾ। ਇਸ ਤੋਂ ਬਾਅਦ ਹੰਗਾਮਾ ਕੀਤਾ ਜਾਂਦਾ ਜ਼ੋਰਦਾਰ। ਮੌਕੇ ਦੇ ਉੱਤੇ ਜੋ ਇਹਨਾਂ ਦੇ ਸੀਨੀਅਰ ਅਧਿਕਾਰੀ ਨੇ ਉਹ ਵੀ ਪਹੁੰਚਦੇ ਨੇ, ਕਿਸੇ ਤਰੀਕੇ ਦੇ ਨਾਲ ਮਾਮਲੇ ਨੂੰ ਸ਼ਾਂਤ ਕਰਵਾਇਆ ਜਾਂਦਾ ਹੈ। ਅਤੇ ਫਿਲਹਾਲ ਜੋ ਹੈ ਹੁਣ ਇਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਇਹਨਾਂ ਦੀ ਤਬੀਅਤ ਵਿਗੜੀ ਕਿਉਂ, ਕਿ ਖਾਣੇ ਦੇ ਵਿੱਚ ਕੁਝ ਸੀ ਜਾਂ ਫਿਰ ਫੂਡ ਪੋਇਜ਼ਨਿੰਗ ਇਸਦੀ ਅਸਲ ਵਜ੍ਹਾ ਹੈ। ਤਾਂ ਦੱਸ ਦਈਏ ਕਿ ਤੁਹਾਨੂੰ ਹੁਣ ਇਸ ਦੀ ਜਾਂਚ ਜੋ ਹੈ ਕੀਤੀ ਜਾ ਰਹੀ ਹੈ। ਬਿਹਾਰ ਦੇ ਸੁਪੌਲ ਤੋਂ ਇਹ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਟ੍ਰੇਨਿੰਗ ਕਰ ਰਹੇ 126 ਜਵਾਨਾਂ ਦੀ ਅਚਾਨਕ ਹੀ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਤਬੀਅਤ ਖਰਾਬ ਹੋ ਜਾਂਦੀ ਹੈ।